ਜੇ ਪ੍ਰੋਫਿਟ ਸੁਬਾ ਬਸ 20 ਮਿੰਟਾਂ ਦੇ ਵਿੱਚ ਵਿੱਚ ਬਣ ਜਾਂਦਾ। ਹੁਣ ਤੱਕਰ ਆਪਣੇ ਜੀ ਹੋਇਆ ਜੀ 50,000 ਰੁਪਏ ਪ੍ਰੋਫਿਟ ਜੀ। 50,000 ਰੁਪਇਆ ਹੁਣ ਤੱਕਰ ਕਮਾ ਚੁੱਕੇ ਹੋ, ਮਤਲਬ ਤੁਸੀਂ ਕੰਮ ਹੋਰ ਵੀ ਕਰਦੇ ਹੋਵੋਗੇ ਹਨਾ? ਹਾਂਜੀ, ਖੇਤੀ ਕਰਦੇ ਹਾਂ ਜੀ। ਪਹਿਲਾਂ ਅਸੀਂ ਥੋੜ੍ਹੇ ਪੈਸੇ ਲਾਉਂਦੇ ਸੀ, ਥੋੜ੍ਹੇ ਤੋਂ ਜਿਸ ਨੂੰ ਪ੍ਰੋਫਿਟ ਹੋਣ ਲੱਗਾ ਸੀ ਥੋੜ੍ਹੇ ਬਹੁਤੇ ਵੱਧ ਲਾਉਣ ਲੱਗ ਗਏ, ਤਾਂ ਕਰਕੇ ਸਾਨੂੰ ਨੌਲੇਜ ਆਉਂਦੀ ਗਈ। ਹਾਂਜੀ, ਇੱਕ ਤਾਂ ਜੀ ਸਲਾਹ ਦੇ ਇਹ ਕੰਮ ਲੀਗਲ ਆ ਜੀ, ਕੋਈ ਮੰਨ ਕੇ ਚੱਲ 2 ਨੰਬਰ ਵਾਲਾ ਕੰਮ ਹੈ ਨਹੀਂ ਜੀ। ਹਾਂ, ਜੇਕਰ ਆਪਾਂ ਨੂੰ ਨੌਲੇਜ ਹੈਗੀ ਇਸ ਕੰਮ ਬਾਰੇ, ਆਪਾਂ ਬਹੁਤ ਹੀ ਮੋਟਾ ਪੈਸਾ ਜੀ ਕਮਾ ਸਕਦੇ ਹਾਂ। ਹਾਂ, ਦੇਖੋ ਜੀ, ਆਪਣੇ ਕੋਲ ਇੱਕ ABB ਦੇ ਪਲੇਸ ਕੇ 100 ਸ਼ੇਅਰ। ਹਾਂ, ਇੱਧਰ ਦਿਖਾਓ ਕੈਮਰੇ 'ਚ। ਇੱਕ ਆਪਾਂ ਸਿਪਰਾ ਲਿਆ ਸੀ 600 ਸ਼ੇਅਰ। ਅੱਛਾ, ਇੱਕ ਆਪਾਂ ਟਾਟਾ ਇਨਵੈਸਟਰ ਲਿਆ ਸੀ 50 ਸ਼ੇਅਰ। ਠੀਕ ਹੈ ਜੀ, ਆਏ ਨਾ ਪ੍ਰੋਫਿਟ ਆ। ਅੱਛਾ, ਇਹ ਪ੍ਰੋਫਿਟ ਹੈ। ਹਾਂਜੀ, ABB ਜੋ ਆਪਾਂ ਨੂੰ ਮਾੜਾ ਬਣਿਆ ਸੀਗਾ 1900 ਰੁਪਇਆ। ਹਾਂ, ਅਤੇ ਸਿਪਲਾ ਜੋ ਆਪਾਂ ਨੂੰ ਬਣਿਆ ਸੀਗਾ 2730 ਰੁਪਏ। ਠੀਕ ਹੈ, 1025 ਰੁਪਏ ਆਪਾਂ ਨੂੰ ਬਣੇ ਸੀਗੇ ਟਾਟਾ ਇਨਵੈਸਟ 'ਚੋਂ। ਵੀ ਆਹ ਆਪਾਂ ਇੰਟਰਡੇ ਜੇ ਆਪਾਂ 6 ਸ਼ੇਅਰ ਲੈਣੇ। ਅੱਛਾ, ਆਪਣਾ ਆਹ ਪ੍ਰਾਈਜ਼ ਹੈ ਹੇਠਲਾ। ਅੱਛਾ, ਬਹੁਤ ਸਸਤੇ ਪਏ ਆਪਾਂ ਨੂੰ। ਹਾਂ, ਵੈਸੇ 383 ਦਾ 1 ਸ਼ੇਅਰ ਸੀ, ਹੈ ਨਾ? ਹਾਂਜੀ, ਅਤੇ ਹੁਣ ਇੰਟਰਾਡੇ ਦੇ ਵਿੱਚ ਲਾਇਆ ਤਾਂ ਫਿਰ ਮਤਲਬ ਰੇਟ ਘੱਟ ਗਿਆ, 460 ਦੇ 6 ਸ਼ੇਅਰ ਹੋ ਗਏ। ਹਾਂਜੀ, ਇਹਨੂੰ ਹੁਣ ਆਪਾਂ ਇੱਥੇ ਆਪਾਂ ਹਾਂ ਖਰੀਦ ਲੈਣੀ ਹੈ ਜੀ। ਆਪਾਂ ਨੂੰ ਬਸ 2,000 ਰੁਪਇਆ ਪ੍ਰੋਫਿਟ। ਹਾਂ, ਰੁਪਇਆ ਲਾਉਸ ਇਹ ਐਂ ਚੱਲੀ ਜਾਂਦਾ, ਨਾਲ ਦੀ ਨਾਲ ਕਾਊਂਟਡਾਊਨ ਚੱਲੀ ਜਾਂਦੀ ਹੈ। ਹਾਂਜੀ, 2 ਰੁਪਏ ਤੋਂ ਲੈ ਕੇ 1.5 ਲੱਖ ਤੱਕ ਸ਼ੇਅਰ ਹੈਗੇ, ਜਿਵੇਂ MRF ਦਾ ਸਭ ਤੋਂ ਹਾਈ ਸ਼ੇਅਰ ਹੈਗਾ। ਹਾਂ, ਠੀਕ ਹੈ, ਜੋ ਕਿ 1,52,000 ਤੋਂ ਅੱਪ ਹੋ ਕੇ ਇਸ ਟਾਈਮ ਮੰਨ ਕੇ ਚੱਲੋ ਵੀ 1,36,000 ਦਾ ਰਹਿ ਗਿਆ ਹੁਣ। ਠੀਕ ਹੈ, ਲੋਕਡਾਊਨ ਦੀ ਜੇ ਆਪਾਂ ਗੱਲ ਕਰੀਏ, MRF ਦਾ 42,000 ਦਾ ਸੀਗਾ ਉਦੋਂ, ਉਸ ਟਾਈਮ 35,000 ਦਾ ਸੀ। ਵੀਡੀਓ ਸਭਸੇ ਪਹਿਲੇ ਦੇਖਣੇ ਕੇ ਲੀਏ ਚੈਨਲ ਕੋ ਸਬਸਕ੍ਰਾਈਬ ਕਰੇ, ਘੰਟੀ ਕਾ ਬਟਨ ਆਲ ਪੇ ਕਰ ਦੇ, ਤਾਂ ਕਿ ਸਭੀ ਨੋਟੀਫਿਕੇਸ਼ਨ ਆਪ ਤੱਕ ਸਭਸੇ ਪਹਿਲੇ ਪਹੁੰਚ ਜਾਏ। ਧੰਨਵਾਦ। ਹਾਂਜੀ ਦੋਸਤੋ, ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ। ਅਤੇ ਅੱਜ ਦਾ ਵੀਰੋ ਜਿਹੜਾ ਕਨਸੈਪਟ ਹੈ ਨਾ, ਇਹ ਥੋੜ੍ਹਾ ਜਿਹਾ ਆਪਣੇ ਫਾਰਮਿੰਗ ਨਾਲੋਂ ਡਿਫਰੈਂਟ ਹੈ, ਕਿਉਂਕਿ ਆਪਾਂ ਵੀ ਥੋੜ੍ਹਾ ਜਿਹਾ ਸੁਣ ਕੇ ਹੈਰਾਨ ਹੋਏ ਸੀਗੇ। ਇੱਕ ਵੀਰ ਹੈ ਸਾਡੇ ਨਾਲ, ਅਰਸ਼ ਮੱਲ ਵਾਲੇ ਪਿੰਡ ਤੋਂ, ਅਤੇ ਬਾਈ ਜੀ ਉਮਰ ਬੜੀ ਛੋਟੀ ਹੈ, 23 ਸਾਲਾਂ ਦੀ ਉਮਰ ਹੈ। ਅਤੇ ਤੁਸੀਂ ਸੁਣੋਗੇ ਨਾ, ਆਪ ਵੀ ਹੈਰਾਨ ਹੋ ਜਾਓਗੇ ਕਿ 5-7 ਮਿੰਟਾਂ ਦੇ ਵਿੱਚ ਹੀ ਬਹੁਤ ਤਕੜਾ ਪ੍ਰੋਫਿਟ ਕਮਾ ਲੈਂਦੇ ਨੇ ਜੀ, ਕਾਫੀ ਮਤਲਬ ਪੈਸੇ ਬਣ ਜਾਂਦੇ ਆ। ਸੋਚ ਰਹੇ ਹਾਂ ਅਸੀਂ ਕਿ ਇਸ ਤਰ੍ਹਾਂ ਦਾ ਮਨੀ ਮੇਕਿੰਗ ਆਈਡੀਆਜ਼ ਹੈ ਨਾ ਆਪਣੇ ਚੈਨਲ ਉੱਤੇ ਹੁਣ ਲੈ ਕੇ ਆਇਆ ਕਰੀਏ, ਆਪਣੇ ਵੀਰਾਂ ਦੀ ਹੈਲਪ ਹੋਊਗੀ। ਪਰ ਸਭ ਤੋਂ ਪਹਿਲਾਂ ਦੱਸ ਦਈਏ ਕਿ ਜਿਹੜਾ ਅਸੀਂ ਆਹ ਦੱਸਣ ਲੱਗੇ ਹਾਂ ਨਾ ਕਨਸੈਪਟ, ਇਹਦੇ ਵਿੱਚ ਹਾਈ ਰਿਸਕ ਵੀ ਹੁੰਦਾ ਹੈ ਜੀ। ਹਾਈ ਰਿਸਕ ਕਿਵੇਂ ਹੈ ਉਹ ਵੀ ਤੁਹਾਨੂੰ ਚੱਲਦੀ ਵੀਡੀਓ ਦੇ ਵਿੱਚ ਕਲੀਅਰ ਹੋ ਜਾਣਾ। ਬਾਈ ਸਾਡੇ ਨਾਲ ਹੈ, ਅਰਸ਼ ਭਾਅ ਜੀ ਕੀ ਹਾਲ ਚਾਲ ਹੈ? ਸਤਿ ਸ਼੍ਰੀ ਅਕਾਲ ਜੀ, ਠੀਕ ਠਾਕ ਹੋ? ਹਾਂਜੀ। ਅੱਛਾ, ਦੱਸਿਓ ਮਾੜਾ ਜਿਹਾ, ਅੱਜ ਆਪਾਂ ਜਿਹੜੀ ਵੀਡੀਓ ਬਣਾਉਣ ਲੱਗੇ ਹਾਂ ਹੈ ਨਾ, ਕਿਹੜਾ ਕਨਸੈਪਟ ਹੈ ਜੀ ਇਹ, ਤੁਸੀਂ ਦੱਸ ਦਿਓ ਮਾੜਾ ਜਿਹਾ। ਇਹ ਆਪਣਾ ਇੰਟਰਾਡੇ ਹੈ ਜੀ। ਇੰਟਰਾਡੇ, ਜਿਵੇਂ ਸ਼ੇਅਰ ਮਾਰਕੀਟ ਹੋ ਗਿਆ ਹੈ ਨਾ, ਟ੍ਰੇਡਿੰਗ ਜਿਵੇਂ ਕਹਿ ਦਿੰਦੇ ਹਾਂ ਹੈ ਨਾ, ਅਤੇ ਇੱਕ ਆਪਣਾ ਇਨਵੈਸਟਿੰਗ ਦਾ ਹੋ ਗਿਆ, ਉਹਨਾਂ ਦੇ ਵਿੱਚੋਂ ਹੀ ਇਹ ਇੱਕ ਇੰਟਰਾਡੇ ਹੈ। ਹਾਂਜੀ, ਇੱਕ ਇੰਟਰਾਡੇ ਹੈ ਜੀ। ਇੰਟਰਾਡੇ ਹੈ, ਅਤੇ ਬਾਈ ਜੀ ਕਿੰਨਾ ਕੁ ਟਾਈਮ ਹੋ ਗਿਆ ਤੁਹਾਨੂੰ ਕਰਦਿਆਂ ਨੂੰ? ਸਾਨੂੰ ਇਹ ਹੋ ਗਈ ਮਾੜਾ ਵੀ 2-3 ਸਾਲ ਹੋ ਗਈ। ਦੋ ਤਿੰਨ ਸਾਲ ਲਗਾਤਾਰ ਲਗਾਤਾਰ ਹੁਣ ਤਾਂ ਗੇਮ ਸਮਝ ਗਏ ਹੋਵੋਗੇ ਫਿਰ ਤੁਸੀਂ ਇਹਦੀ? ਹਾਂਜੀ, ਥੋੜ੍ਹੀ ਬਹੁਤ ਜੀ, ਬਸ ਮਾੜੇ ਮੋਟੇ ਹਜੇ ਹੋ ਗਿਆ। ਠੀਕ ਹੈ, ਵੈਸੇ ਤਾਂ ਸਮਝ ਗਏ ਸਮਝ ਗਏ ਹੈ ਨਾ। ਅੱਛਾ ਭਾਜੀ, ਇਹ ਮਤਲਬ ਕਿ ਤੁਸੀਂ ਫਿਰ ਟ੍ਰੇਨਿੰਗ ਲਈ ਸੀ ਜਾਂ ਕੋਚਿੰਗ ਵਗੈਰਾ ਕੁਝ ਇਸ ਤਰ੍ਹਾਂ, ਜਾਂ ਕੁਝ ਆਪਣੇ ਆਪ ਹੀ ਮਤਲਬ ਕਿ ਕਿਵੇਂ ਲੱਗਿਆ ਤੁਹਾਨੂੰ ਪਤਾ ਇਹਦੇ ਬਾਰੇ? ਇਹ ਅਸੀਂ ਜੋ ਮਾੜਾ ਵੀ ਸਾਡੇ ਸਾਥੀ ਪੁਰਾਣੇ ਕੰਮ ਕਰਦੇ ਸੀਗੇ, ਪੁੱਛ ਰਹੇ ਸੀ ਉਹਨਾਂ ਨੂੰ ਲੈ ਲੈਂਦੇ ਸੀਗੇ ਜੀ, ਕੁਛ ਗੂਗਲ ਵਗੈਰਾ 'ਤੇ ਸਰਚ ਮਾਰਦੇ ਰਹਿੰਦੇ ਸੀਗੇ। ਠੀਕ ਹੈ ਜੀ, ਜੀ ਜੀ। ਪਹਿਲਾਂ ਅਸੀਂ ਥੋੜ੍ਹੇ ਪੈਸੇ ਲਾਉਂਦੇ ਸੀ, ਥੋੜ੍ਹੇ ਤੋਂ ਜਿਸ ਨੂੰ ਪ੍ਰੋਫਿਟ ਹੋਣ ਲੱਗਾ ਸੀ ਥੋੜ੍ਹੇ ਬਹੁਤੇ ਵੱਧ ਲਾਉਣ ਲੱਗ ਗਏ, ਤਾਂ ਕਰਕੇ ਸਾਨੂੰ ਨੌਲੇਜ ਆਉਂਦੀ ਗਈ। ਅੱਛਾ, ਤੇ ਆਪਾਂ ਤੁਹਾਨੂੰ ਦਿਖਾਉਣੀ ਆ ਪਹਿਲਾਂ, ਇੱਕ ਪਹਿਲਾਂ ਇਹ ਦੱਸੋ, ਜਿਵੇਂ ਪਹਿਲਾਂ ਤੁਸੀਂ ਸਟਾਰਟਿੰਗ ਵਾਲਾ ਤੁਹਾਡਾ ਹੈ ਨਾ, ਜਦੋਂ ਆਪਾਂ ਨੂੰ ਕਹਿ ਦਈਏ ਵੀ ਲਾਲਚ ਜਿਹਾ ਪੈ ਜਾਂਦਾ ਹੈ ਨਾ, ਉਹ ਕੀ ਸੀਗਾ ਸੀਨ, ਕਿੰਨੇ ਪੈਸੇ ਲਾਏ ਸੀ ਤੇ ਕਿੰਨੇ ਬਣ ਗਏ ਸੀ, ਉਹ ਵਾਲਾ ਦੱਸੋ ਪਹਿਲਾਂ। ਸਭ ਤੋਂ ਪਹਿਲਾਂ ਪ੍ਰੋਫਿਟ ਦਿਖਾਉਣੇ ਸਾਨੂੰ ਜੀ ਆਪਾਂ ਆਨਲਾਈਨ। ਅੱਛਾ, ਆਨਲਾਈਨ ਹੁਣੀ ਦਿਖਾਓਗੇ, ਪ੍ਰੂਫ ਦਿਖਾਓਗੇ? ਵੈਸੇ ਤਾਂ ਸਕਰੀਨ ਤੇ ਸਕਰੀਨਸ਼ਾਟ ਵੀ ਚੱਲ ਰਿਹਾ, ਆਹ ਦੇਖੋ ਤੁਸੀਂ, ਬਾਕੀ ਬਾਈ ਜੀ ਵੀ ਦੱਸਣਗੇ। ਦੱਸਿਓ ਭਾਅ ਜੀ ਕਿੰਨਾ ਤੁਹਾਨੂੰ ਪ੍ਰੋਫਿਟ ਹੋਇਆ ਇਹਦੇ 'ਚ? ਹੁਣ ਤੱਕਰ ਆਪਣੇ ਜੀ ਹੋਇਆ ਜੀ 50,000 ਰੁਪਏ ਪ੍ਰੋਫਿਟ ਜੀ। 50,000 ਰੁਪਇਆ ਹੁਣ ਤੱਕਰ ਕਮਾ ਚੁੱਕੇ ਹੋ, ਮਤਲਬ ਤੁਸੀਂ ਕੰਮ ਹੋਰ ਵੀ ਕਰਦੇ ਹੋਵੋਗੇ ਹੈ ਨਾ? ਹਾਂਜੀ, ਖੇਤੀ ਕਰਦੇ ਹਾਂ ਜੀ। ਖੇਤੀ ਕਰਦੇ ਹੋ, ਖੇਤੀ ਦੇ ਨਾਲ ਨਾਲ
ਇਹ ਮਤਲਬ ਟਾਈਮ ਪਾਸ ਹੀ ਲਾ ਲਈਏ। ਹਾਂ ਜੀ, ਸਾਈਡ ਬਿਜ਼ਨਸ ਹੀ ਹੈ ਆਪਣਾ ਜੀ। ਠੀਕ ਹੈ, ਸਾਈਡ ਬਿਜ਼ਨਸ। ਤੇ ਹੁਣ ਤੱਕ 50,000 ਰੁਪਈਆ ਕਮਾ ਚੁੱਕੇ ਹੋ ਤੁਸੀਂ? ਹਾਂ ਜੀ। ਤੇ ਲੇਟੈਸਟ ਕੋਈ ਪ੍ਰੋਫਿਟ ਦੱਸ ਸਕਦੇ ਹੋ ਕਿੰਨੇ ਟਾਈਮ ਦੇ ਵਿੱਚ ਬਣ ਗਿਆ ਸੀ? ਇਹਦੇ ਵਿੱਚ ਇੱਦਾਂ ਹੁੰਦੀ ਹੈ ਗੱਲ ਜੀ, ਮੰਨ ਲਓ, ਮੰਨ ਕੇ ਚੱਲੋ ਇਹਦੇ ਵਿੱਚ ਪ੍ਰੋਫਿਟ ਸੁਬਾਹ ਬਸ 20 ਮਿੰਟਾਂ ਦੇ ਵਿੱਚ ਵਿੱਚ ਬਣ ਜਾਂਦਾ ਗਾ। 20 ਮਿੰਟਾਂ 'ਚ? ਹਾਂ ਜੀ, 20 ਮਿੰਟਾਂ 'ਚ ਗੇਮ ਪਲਟ ਜਾਂਦੀ ਹੈ। ਜੇਕਰ 20 ਮਿੰਟਾਂ ਦੇ ਤੋਂ ਲੈ ਕੇ ਘੰਟੇ ਦੇ ਵਿੱਚ ਵਿੱਚ ਪ੍ਰੋਫਿਟ ਨਹੀਂ ਹੁੰਦਾ, ਲੋਸ ਕਿੰਨੀ ਜਾਂਦੇ ਆ ਆਪਾਂ ਜੀ, ਆਪਾਂ ਨੂੰ ਇੰਟਰਡੇ 'ਚ ਬਾਹਰ ਹੋ ਜਾਣਾ ਚਾਹੀਦਾ। ਅੱਛਾ, 1 ਘੰਟੇ ਦੇ ਵਿੱਚ ਵਿੱਚ? 1 ਘੰਟੇ ਦੇ ਵਿੱਚ ਵਿੱਚ ਬਾਹਰ ਹੋ ਜੇ ਬੰਦਾ? ਹਾਂ ਜੀ। ਅੱਛਾ, ਦੇਖ ਲਓ ਜੀ, 20 ਮਿੰਟਾਂ ਦੇ ਵਿੱਚ ਪ੍ਰੋਫਿਟ ਬਾਈ ਦੱਸਣਗੇ। ਦਿਖਾਇਓ ਜੀ ਮਾੜਾ ਸਕਰੀਨਸ਼ੋਟ, ਆ ਲਓ ਜੀ, ਆ ਨੇੜੇ ਕਰਿਓ ਜੀ ਕੈਮਰਾ, ਸਮਝਾਇਓ ਮਾੜਾ ਕਿਵੇਂ ਕਿਵੇਂ ਹੋਇਆ ਜੀ ਇਹ ਜੀ। ਆ ਦੇਖੋ ਜੀ, ਆਪਣੇ ਕੋਲ ਇੱਕ ABB ਦੇ ਪਲੇਸ ਕੇ 100 ਸ਼ੇਅਰ। ਹਾਂ, ਇੱਧਰ ਦਿਖਾਓ ਕੈਮਰੇ 'ਚ। ਇੱਕ ਆਪਾਂ ਸਿਪਰਾ ਲਿਆ ਸੀ 600 ਸ਼ੇਅਰ। ਅੱਛਾ, ਇੱਕ ਆਪਾਂ ਟਾਟਾ ਇਨਵੈਸਟਰ ਲਿਆ ਸੀ 50 ਸ਼ੇਅਰ। ਠੀਕ ਹੈ ਜੀ, ਆਏ ਨਾ ਪ੍ਰੋਫਿਟ ਆ? ਅੱਛਾ, ਇਹ ਪ੍ਰੋਫਿਟ ਹੈ? ਹਾਂ ਜੀ, ABB ਜੋ ਆਪਾਂ ਨੂੰ ਮਾੜਾ ਬਣਿਆ ਸੀਗਾ 1900 ਰੁਪਇਆ। ਹਾਂ, ਅਤੇ ਸਿਪਰਾ ਜੋ ਆਪਾਂ ਨੂੰ ਬਣਿਆ ਸੀਗਾ 2730 ਰੁਪਏ। ਠੀਕ ਹੈ, 1025 ਰੁਪਏ ਨੂੰ ਬਣੇ ਸੀਗੇ ਟਾਟਾ ਇਨਵੈਸਟ 'ਚੋਂ। ਠੀਕ ਹੈ, ਸੋ ਇਹ ਹੈ ਜੀ ਇੰਟਰਾਡੇ, ਹੈ ਨਾ, ਇਸ ਕੋਨਸੈਪਟ ਨੂੰ ਕਹਿੰਦੇ ਆ ਇੰਟਰਾਡੇ। ਅੱਛਾ, ਇੱਕ ਤੁਸੀਂ ਟਾਈਮ ਪੀਰੀਅਡ ਦੱਸ ਰਹੇ ਸੀ, ਹੈ ਨਾ, ਇਹਦਾ ਵੀ ਮਾਰਕੀਟ ਕਿੰਨੇ ਵਜੇ ਓਪਨ ਹੋ ਜਾਂਦੀ ਹੈ, ਕਿੰਨੇ ਵਜੇ ਔਫ ਹੁੰਦੀ ਹੈ, ਉਹਦੇ ਬਾਰੇ ਵੀ ਦੱਸੋ ਮਾੜਾ ਜਿਹਾ। ਇਹ ਜੀ ਮੋਰਨਿੰਗ 9:15 ਤੋਂ ਲੈ ਕੇ ਜੀ ਸ਼ਾਮ ਦੇ 3:30 ਵਜੇ ਤੱਕ ਹੁੰਦੀ ਹੈ ਮਾਰਕੀਟ। ਠੀਕ ਹੈ, ਆਨ ਹੁੰਦਾ ਜਿਹੜਾ ਸਮਾਂ ਗਾ ਉਹ 9:15 ਹੈਗਾ। ਠੀਕ ਹੈ, ਅਤੇ ਇਹਦਾ ਬੰਦ ਹੋਣ ਦਾ ਸਮਾਂ ਹੈਗਾ 3:30। ਠੀਕ ਹੈ, ਜੇ ਮੰਨ ਲਓ ਆਪਾਂ ਸਪੋਜ਼ ਕਰੀਏ ਜਿਵੇਂ ਹੁਣ ਸ਼ੇਅਰ ਲੈ ਲਏ, ਹੈ ਨਾ, ਜੇ ਇਸ ਟਾਈਮ ਪੀਰੀਅਡ ਦੇ ਵਿੱਚ, ਹੈ ਨਾ, ਸੇਲ ਵਗੈਰਾ ਨਾ ਕੀਤੇ ਤਾਂ ਆਟੋਮੈਟਿਕ ਸੇਲ ਆਟੋਮੈਟਿਕ 3:30 ਵਜੇ ਤੋਂ ਪਹਿਲਾਂ ਸੇਲ ਹੋ ਜਾਣਗੇ? ਆਟੋਮੈਟਿਕ ਸੇਲ ਹੋ ਜਾਣਗੇ। ਹਾਂ ਜੀ, ਅਤੇ ਫਿਰ ਮਤਲਬ ਕਿ ਪ੍ਰੋਫਿਟ ਵੀ ਹੋ ਸਕਦਾ, ਫਿਰ ਤਾਂ ਲੋਸ ਵੀ ਹੋ ਸਕਦਾ, ਹੈ ਨਾ, ਦੋਨੇ ਚੀਜ਼ਾਂ ਹੋ ਸਕਦੀਆਂ। ਹਾਂ ਜੀ, ਹੈ ਨਾ, ਜੇਕਰ ਆਪਣਾ ਮਤਲਬ ਵੀ ਸਟਾਪ ਲੋਸ ਨਹੀਂ ਲੱਗਿਆ ਗਾ, ਹਾਂ ਜੀ, ਅਤੇ ਆਪਾਂ ਨੂੰ ਲੋਸ ਬਹੁਤ ਵੱਡਾ ਹੋ ਸਕਦਾ ਜੀ। ਅੱਛਾ, ਹਾਂ ਜੀ, ਮਤਲਬ ਇਹਦੇ ਵਿੱਚ ਆਪਸ਼ਨ ਹੈਗੀ ਹੈ ਇਸ ਤਰ੍ਹਾਂ ਦੀ? ਹਾਂ ਜੀ। ਠੀਕ ਹੈ, ਉਹ ਲਾ ਕੇ ਰੱਖਣੀ ਪੈਂਦੀ ਹੈ? ਹਾਂ ਜੀ, ਉਹ ਲਾ ਕੇ ਰੱਖਣੀ ਪੈਂਦੀ। ਠੀਕ ਹੈ, ਇਹ ਭਾਅ ਜੀ, ਇਹ ਜਿਵੇਂ ਹੁਣ ਸ਼ੇਅਰ ਦਾ ਤੁਸੀਂ ਦੱਸ ਰਹੇ ਹੋ, ਹੈ ਨਾ, ਕਿੰਨੇ ਰੁਪਏ ਤੋਂ ਸਟਾਰਟ ਹੋ ਜਾਂਦਾ ਇਹ, ਕਿੰਨੇ ਰੁਪਏ ਮਤਲਬ ਆਪਾਂ ਇਨਵੈਸਟ ਕਰ ਸਕਦੇ ਹਾਂ ਇਹਦੇ ਵਿੱਚ? ਸਟਾਰਟ ਤਾਂ ਜੀ ਇਹ ਮੰਨ ਕੇ ਚਲੋ 50 ਰੁਪਈਆਂ ਦੀ ਸ਼ੇਅਰ ਸਟਾਰਟ ਹੋ ਜਾਂਦੀ ਆ। 50 ਰੁਪਏ ਤੋਂ ਸ਼ੁਰੂ, ਜੇ ਆਪਾਂ ਐਡ ਕਰੀਏ ਸ਼ੇਅਰ ਦੀ ਗੱਲ ਕਰਕੇ ਹੁੰਦਾ ਕਾਫੀ ਡਿੱਗ ਪਿਆ ਹੁੰਦਾ, 13-14 ਰੁਪਏ ਹੀ ਰਹਿ ਗਏ ਜੀ ਉਹ। ਅੱਛਾ, ਇਸ ਤਰ੍ਹਾਂ ਮੰਨ ਕੇ ਚਲੋ ਸ਼ੇਅਰ 10-10 ਰੁਪਏ ਤੋਂ ਵੀ ਸਟਾਰਟ ਹੁੰਦੇ ਆ, 2-2 ਰੁਪਏ ਤੋਂ ਵੀ ਸ਼ੇਅਰ ਸਟਾਰਟ ਹੁੰਦੇ ਆ। 2-2 ਰੁਪਏ ਤੋਂ ਵੀ ਹੋ ਜਾਂਦਾ, ਮਤਲਬ 2 ਰੁਪਏ ਆਪਾਂ ਲਾਈਏ ਤੇ ਉਹਦੇ ਵਿੱਚ ਵੀ ਆਪਾਂ ਨੂੰ ਮਤਲਬ ਉਹ ਬੰਦੇ ਦੀ ਕਿਸਮਤ ਦੇ ਉੱਤੇ ਡਿਪੈਂਡ ਹੈ ਜਾਂ ਮਾਰਕੀਟ ਦੇ ਉੱਤੇ ਡਿਪੈਂਡ ਹੈ? ਹਾਂ ਜੀ, ਪੈਸੇ ਹਿਸਾਬ ਨਾਲ ਡਿੱਗਦੇ ਆ, ਕੁਛ ਪੈਸੇ ਹਿਸਾਬ ਨਾਲ ਹੀ ਅੱਪ ਹੁੰਦੇ ਆ। ਠੀਕ ਹੈ, ਅਤੇ ਭਾਅ ਜੀ ਜਿਹੜਾ ਥੋੜ੍ਹਾ ਜਿਹਾ ਸਮਝਾ ਸਕਦੇ ਹੋ ਸਾਡੇ ਵੀਰਾਂ ਨੂੰ ਵੀ ਇਹ ਕਿਸ ਤਰ੍ਹਾਂ ਬਾਏ ਸੇਲ ਹੁੰਦਾ, ਹੈ ਨਾ, ਕੀ ਕਰਨਾ ਕੀ ਪੈਂਦਾ ਇਹਦੇ ਵਾਸਤੇ, ਕੋਈ ਐਪ ਵਗੈਰਾ ਹੁੰਦਾ ਹੈ ਜਾਂ ਕੀ ਹੈ? ਇਹਦੇ ਲਈ ਕਾਫੀ ਐਪ ਹੈ ਜੀ, ਜਿਵੇਂ ਕਿ ਐਂਜਲ ਬ੍ਰੋਕਿੰਗ ਹੈਗਾ ਗਾ। ਠੀਕ ਹੈ, ਅਤੇ ਗਰੋ ਐਪ ਹੈਗਾ। ਠੀਕ ਹੈ, ਅਤੇ ਆਪਣੇ ਕੋਲ ਤਾਂ ਐਂਜਲ ਬ੍ਰੋਕਿੰਗ ਚੱਲਦਾ, ਆਪਾਂ ਲਾਈਵ ਲੈ ਕੇ ਦਿਖਾ ਦਿੰਦੇ ਸਾਨੂੰ ਆਪਾਂ। ਅੱਛਾ ਅੱਛਾ, ਲਾ ਕੇ ਲਓ ਜੀ, ਤੁਹਾਡੇ ਵਾਸਤੇ ਵੀਰੋ ਲੈ ਕੇ ਦਿਖਾ ਦਿੰਦੇ ਹਾਂ, 1-2 ਸ਼ੇਅਰ ਲੈ ਕੇ ਦਿਖਾਣਗੇ ਬਾਈ ਜੀ। ਬਾਕੀ ਇਹ ਸਿਰਫ ਅਸੀਂ ਨੌਲੇਜ ਵਾਸਤੇ ਤੁਹਾਨੂੰ ਦਿਖਾ ਰਹੇ ਹਾਂ ਜੀ ਵੀਡੀਓ, ਹੈ ਨਾ, ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਪ੍ਰੋਪਰ ਜਾਣਕਾਰੀ ਜਿਹੜੀ ਅਸੀਂ ਦੇਵਾਂਗੇ। ਆ ਲਓ ਜੀ, ਜਿਵੇਂ ਹੁਣ ਆਹ ਖੋਲਿਆ ਬਾਈ ਨੇ ਐਪ, ਹੈ ਨਾ, ਇਹ ਕਿਹੜਾ ਆ ਗਿਆ ਜੀ? ਟਾਟਾ ਪਾਵਰ ਦਾ? ਟਾਟਾ ਪਾਵਰ ਦਾ ਜੀ ਇਹ। ਠੀਕ ਹੈ, ਇਹ 383 ਰੁਪਏ ਦਾ ਸ਼ੇਅਰ ਆ ਜੀ ਇਸ ਟਾਈਮ ਆ ਰਿਹਾ, ਹੈ ਨਾ, ਉੱਪਰ 383, ਆ ਗ੍ਰੀਨ ਵਾਲਾ ਦੇਖ ਰਹੇ ਹੋ ਨਾ ਤੁਸੀਂ? ਹਾਂ ਜੀ, ਹਾਂ ਜੀ, ਆਹ ਆ ਰਿਹਾ ਜੀ 383 ਦਾ ਸ਼ੇਅਰ ਹੈ। ਠੀਕ ਹੈ ਜੀ, ਅਤੇ ਹੁਣ ਅੱਗੇ ਜੀ ਇੱਥੋਂ ਡਿਲੀਵਰੀ ਲੱਗ ਜਾਂਦੀ ਜੀ, ਜੇ ਕੋਈ ਲੌਂਗ ਟਾਈਮ ਖਾਤਰ ਰੱਖਣੇ ਹੈਗੇ। ਅੱਛਾ, ਡਿਲੀਵਰੀ ਦਾ ਲੱਗ ਜਾਊਗਾ? ਹਾਂ ਜੀ, ਇੱਥੋਂ ਆਪਣੇ ਇੰਟਰਾਡੇ ਲੱਗ ਜਾਂਦੇ ਆ। ਠੀਕ ਹੈ, ਇਹ ਇੰਟਰਾਡੇ ਹੋ ਗਿਆ ਜੀ, ਅਤੇ ਇੱਕ ਆਪਣੇ ਇੰਟਰਾਡੇ ਜਿਹੇ ਮਾਲਾ ਕਾਫੀ ਆਪਾਂ ਸਸਤੇ ਪੈਂਦੇ ਆ ਸ਼ੇਅਰ। ਅੱਛਾ, ਜਿਵੇਂ ਆਪਾਂ ਕਰੀਏ ਆ ਡਿਲੀਵਰੀ ਦੇ, ਹੈ ਨਾ, ਉਹਨਾਂ ਦੇ ਹਿਸਾਬ ਨਾਲ ਉਹ ਇਹ 'ਚ ਸਸਤਾ ਹੋ ਜਾਂਦਾ। ਹਾਂ ਜੀ, ਆਪਾਂ ਮਤਲਬ ਵੀ ਆਪਾਂ ਇੰਟਰਾਡੇ ਜੇ ਆਪਾਂ 6 ਸ਼ੇਅਰ ਲੈ ਲਏ। ਅੱਛਾ, ਆਪਣਾ ਆਹ ਪ੍ਰਾਈਜ਼ ਹੇਠਲਾ,
ਅੱਛਾ ਬਹੁਤ ਸਸਤੇ ਪਏ ਆਪਾਂ ਨੂੰ। ਹਾਂ ਵੈਸੇ 383 ਦਾ ਇੱਕ ਸ਼ੇਅਰ ਸੀ ਹਨਾ, ਤੇ ਹੁਣ ਇੰਟਰਾਡੇ ਦੇ ਵਿੱਚ ਲਾਇਆ ਤਾਂ ਫਿਰ ਮਤਲਬ ਰੇਟ ਘਟ ਗਿਆ, 460 ਦੇ 6 ਸ਼ੇਅਰ ਹੋ ਗਏ। ਹਾਂ ਜੀ, ਇਹਨੂੰ ਹੁਣ ਆਪਾਂ ਇੱਥੇ ਆਪਾਂ ਹਾਂ ਖਰੀਦ ਲੈਣੀ ਆ ਜੀ। ਹਾਂ ਖਰੀਦੋਗੇ, ਆਪਣਾ ਪਾਸਵਰਡ ਇੱਧਰ ਕਰ ਲਈ, ਇਹ ਆਪਾਂ ਮਾਰਕੀਟ ਹਾਂ ਦੇ ਹਿਸਾਬ ਨਾਲ ਹੀ ਆਪਾਂ ਖਰੀਦ ਲਈਏ ਇਹ। ਅੱਛਾ, ਇਹ ਹੁਣ 6 ਆਪਣੇ ਕੋਲੇ ਆ ਗਏ ਸ਼ੇਅਰ ਹਨਾ। ਹਾਂ ਜੀ, ਕਿੱਥੇ ਸ਼ੋ ਆ ਰਿਹਾ ਜੀ ਹਨਾ, ਟਾਟਾ ਪਾਵਰ ਦਾ ਤੇ ਬਾਏ 6 ਸ਼ੇਅਰ ਹੋ ਰਹੇ ਆ ਜੀ ਹਨਾ। ਹਾਂ ਜੀ, ਆਪਾਂ ਨੂੰ ਬਸ 2000 ਰੁਪਈਆ ਪ੍ਰੋਫਿਟ, ਹਾਂ ਰੁਪਈਆ ਲਾਸ, ਇਹ ਐਂ ਚੱਲੀ ਜਾਂਦਾ ਨਾਲ ਦੀ ਨਾਲ ਕਾਊਂਟਡਾਊਨ ਚੱਲੀ ਜਾਂਦੀ ਹੈ। ਹਾਂ ਜੀ, ਆ ਦੇਖੋ ਜੀ, ਆ ਜਿਵੇਂ ਜਿਵੇਂ ਗ੍ਰੀਨ ਹੋਊਗਾ ਉਹ ਪ੍ਰੋਫਿਟ ਹੈ ਜੀ ਉੱਪਰਲਾ ਹਨਾ, ਜਿਹੜਾ ਜੇ ਰੈੱਡ ਹੋ ਗਿਆ ਤਾਂ ਲਾਸ ਹੈ। ਹਾਂ ਜੀ, ਹਨਾ ਭਾਜੀ। ਹਾਂ ਜੀ ਹਾਂ ਜੀ, ਤੇ ਇਹਦੇ ਵਿੱਚ ਮਤਲਬ ਸਾਰੇ ਆਪਾਂ ਸ਼ੇਅਰ ਵਗੈਰਾ ਲੈ ਸਕਦੇ ਆ, ਮਤਲਬ ਅੱਡ ਅੱਡ ਹਨਾ। ਹਾਂ ਜੀ, ਕੋਈ ਵੀ ਆਪਾਂ ਲੈ ਸਕਦੇ ਆ ਜੀ। ਠੀਕ ਹੈ, ਬਹੁਤ ਚੰਗੇ ਚੰਗੇ ਸ਼ੇਅਰ ਪਏ ਆ ਜੀ, ਘੱਟ ਤੋਂ ਘੱਟ ਜਿਵੇਂ ਤੁਸੀਂ ਦੱਸਿਆ 2 ਰੁਪਏ ਤੋਂ ਵੀ ਸ਼ੇਅਰ ਮਿਲ ਜਾਂਦਾ ਹੈ। ਹਾਂ ਜੀ, 2 ਰੁਪਏ ਤੋਂ ਲੈ ਕੇ 1.5 ਲੱਖ ਤੱਕ ਸ਼ੇਅਰ ਹੈਗੇ, ਜਿਵੇਂ ਐਮਆਰਪੀ ਦਾ ਸਭ ਤੋਂ ਹਾਈ ਸ਼ੇਅਰ ਹੈਗਾ। ਹਾਂ ਠੀਕ ਹੈ, ਜੋ ਕਿ 1,52,000 ਤੋਂ ਅੱਪ ਹੋ ਕੇ ਇਸ ਟਾਈਮ ਮੰਨ ਕੇ ਚੱਲੋ ਵੀ 1,36,000 ਦਾ ਰਹਿ ਗਿਆ ਹੁਣ। ਠੀਕ ਹੈ, ਲੋਕਡਾਊਨ ਦੀ ਆਪਾਂ ਗੱਲ ਕਰਕੇ ਐਮਆਰਪੀ ਦਾ 42,000 ਦਾ ਸੀਗਾ ਉਦੋਂ, ਉਸ ਟਾਈਮ 35,000 ਦਾ ਸੀਗਾ ਜੀ। ਅੱਛਾ ਜੀ, ਤੇ ਫਿਰ ਜਿਹੜੇ ਜਿਨ੍ਹਾਂ ਨੇ ਉਦੋਂ ਲਿਆ ਸੀਗਾ ਉਹ ਤਾਂ ਫਿਰ ਮਾਲੋ ਮਾਲ ਹੋ ਗਿਆ। ਪਿਛਲੇ 1.5 ਮਹੀਨੇ ਵਿੱਚ ਇਹਨੇ ਰਿਟਰਨ ਦਿੱਤੀ ਆ ਐਮਆਰਪੀ ਨੇ 41,000 ਰੁਪਏ ਜੀ। ਲੋਕ ਕੀ ਬਾਤ ਹੈ ਜੀ, ਦੇਖ ਲਓ ਜੀ, ਇੱਕ ਆ ਵੀ ਵੈਸੇ ਤਾਂ ਬਹੁਤ ਵੀਰ ਜਾਣਦੇ ਹੀ ਨੇ ਹਨਾ, ਪਰ ਮੈਨੂੰ ਲੱਗਿਆ ਕਿ ਇਸ ਟੋਪਿਕ 'ਤੇ ਵੀ ਆਪਾਂ ਵੀਡੀਓ ਸ਼ੂਟ ਕੀਤੀ ਜਾਵੇ ਆਪਣੇ ਵੀਰਾਂ ਨੂੰ, ਮਤਲਬ ਜਿਨ੍ਹਾਂ ਨੂੰ ਨਹੀਂ ਪਤਾ ਉਹਨਾਂ ਨੂੰ ਪਤਾ ਲੱਗ ਜਾਏਗਾ ਹਨਾ। ਭਾਜੀ ਤੁਹਾਡੀ ਕੀ ਸਲਾਹ ਇਸ, ਮਤਲਬ ਹਨਾ ਵਪਾਰੀ ਕਹਾਂਗੇ ਇੱਕ ਹਿਸਾਬ ਦਾ ਵਪਾਰੀ ਹੈ ਜਦੋਂ ਪੂਰੇ ਆਲ ਇੰਡੀਆ 'ਚ ਹੀ ਹੋ ਰਿਹਾ, ਇੰਟਰਨੈਸ਼ਨਲੀ ਹੋ ਰਿਹਾ ਹਨਾ ਇਹ ਤਾਂ? ਹਾਂ ਜੀ, ਇੱਕ ਤਾਂ ਜੀ ਸਲਾਹ ਦੇ ਇਹ ਕੰਮ ਲੀਗਲ ਆ ਜੀ, ਕੋਈ ਮੰਨ ਕੇ ਚੱਲ 2 ਨੰਬਰ ਵਾਲਾ ਕੰਮ ਹੈ ਨਹੀਂ ਜੀ। ਹਾਂ, ਜੇਕਰ ਆਪਾਂ ਨੂੰ ਨੌਲੇਜ ਹੈਗੀ ਇਸ ਕੰਮ ਬਾਰੇ ਆਪਾਂ ਬਹੁਤ ਹੀ ਮੋਟਾ ਪੈਸਾ ਜੀ ਆਪਾਂ ਕਮਾ ਸਕਦੇ ਹਾਂ। ਹਾਂ ਸਹੀ ਹੈ, ਉਹ ਵੀ ਕੁਛ ਸਮੇਂ ਦੇ ਵਿੱਚ। ਹਾਂ ਜੀ, ਆਪਾਂ ਨੂੰ ਇਹਦੇ ਵਿੱਚ ਜਿਹੜੀ ਮੇਨ ਗੱਲ ਆਪਾਂ ਨੂੰ ਇਹ ਧਿਆਨ ਰੱਖਣਾ ਪੈਣਾ ਵੀ ਕਿਹੜੀ ਕੰਪਨੀ ਵਿੱਚ ਇਸ ਟਾਈਮ ਕੀ ਚੱਲ ਰਿਹਾ ਹੈਗਾ। ਹਾਂ, ਜੇ ਕਿਸੇ ਕੰਪਨੀ ਨੂੰ ਕੋਈ ਮਾੜਾ ਵੱਡਾ ਸਿਸਟਮ ਤਿਆਰ ਕੀਤਾ ਗਿਆ, ਵੱਡਾ ਕੰਮ ਚਲਾਉਣ ਜਾ ਰਹੀ ਹੈ ਕੰਪਨੀ ਜੀ, ਤਾਂ ਆਪਾਂ ਉਸ ਟਾਈਮ ਤੇ ਉਹਨਾਂ ਦੇ ਸ਼ੇਅਰ ਖਰੀਦ ਸਕਦੇ ਹਾਂ, ਜੋ ਕਿ ਆਪਾਂ ਨੂੰ ਚੰਗਾ ਖਾਸਾ ਤੇ ਵਧਗਾ ਪ੍ਰੋਫਿਟ ਦੇ ਸਕਦਾ। ਮਤਲਬ ਪ੍ਰੋਪਰ ਨੌਲੇਜ ਹੋਣੀ ਚਾਹੀਦੀ ਹੈ, ਫਿਰ ਤਾਂ ਇਹ 'ਚ ਹੱਥ ਫਸਾ ਸਕਦੇ ਹਾਂ। ਹਾਂ ਜੀ, ਨੌਲੇਜ ਨਹੀਂ ਤਾਂ ਰਹਿਣ ਦਿਓ ਹਨਾ, ਨਹੀਂ ਨਹੀਂ ਫਾਇਦਾ ਜੀ, ਨਹੀਂ ਬਹੁਤ ਵੱਡਾ ਰਿਸਕ ਹੈ ਜੀ। ਹਾਂ, ਰਿਸਕ ਬਹੁਤ ਵੱਡਾ, ਇਹ ਸਿਰਫ ਜਾਣਕਾਰੀ ਵਾਸਤੇ ਅਸੀਂ ਤੁਹਾਨੂੰ ਦੱਸੀ ਹੈ ਇਹ ਵੀਡੀਓ ਕਿ ਬਾਈ ਖੇਤੀ ਕਰਦੇ ਆ ਹਨਾ, ਤੁਸੀਂ ਖੇਤੀ ਕਰਦੇ ਹੋ? ਖੇਤੀਬਾੜੀ ਕਰਦੇ ਜੀ। ਖੇਤੀਬਾੜੀ ਕਰਦੇ, ਨਾਲੇ ਐਕਸਟਰਾ ਆਹ ਬਿਜ਼ਨਸ ਬਾਈ ਜੀ ਕਰ ਰਹੇ ਨੇ, ਇੱਕ ਹਿਸਾਬ ਦਾ ਬਿਜ਼ਨਸ ਹੀ ਹੈ ਇੰਟਰਾਡੇ ਦਾ। ਤੇ ਵੀਰੇ ਪ੍ਰੋਫਿਟ ਹੋਇਆ, ਲੌਸ ਵੀ ਬਹੁਤ ਹੋਇਆ ਇਹਨਾਂ ਨੂੰ ਕਈ ਵਾਰੀ ਹਨਾ? ਹਾਂ ਜੀ, ਲੌਸ ਹੋਇਆ ਜੀ, ਲੌਸ ਵੀ ਬਹੁਤ ਹੋਇਆ, ਤੇ ਕਿਸ ਕਿਸ ਤਰ੍ਹਾਂ ਦੇ ਲੌਸ ਹੋਇਆ ਉਹ ਆਪਾਂ ਆਉਣ ਵਾਲੀ ਅੱਗੇ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ ਹਨਾ, ਸਕਰੀਨਸ਼ਾਟ ਦੇ ਰਾਹੀਂ। ਫਿਲਹਾਲ ਇਹ ਜਿਹੜਾ ਹੈਗਾ ਵੀਡੀਓ ਜ਼ਿਆਦਾ ਲੰਬੀ ਹੋ ਜਾਣੀ ਹੈ, ਸ਼ੇਅਰ ਜ਼ਰੂਰ ਕਰ ਦਿਓ ਤਾਂ ਜਿਹੜਾ ਆਪਣੇ ਭੈਣਾਂ ਭਰਾਵਾਂ ਨੂੰ ਹੋਰ ਜ਼ਿਆਦਾ ਇਸ ਚੀਜ਼ ਦੀ ਹਨਾ ਨੌਲੇਜ ਹੋਵੇ। ਅਤੇ ਅਗਲੀ ਵਾਰ ਫਿਰ ਹਾਜ਼ਰ ਹੋਵਾਂਗੇ, ਕਮੈਂਟ ਕਰਕੇ ਜ਼ਰੂਰ ਦੱਸ ਦਿਆ ਕਰੋ ਕਿੱਥੋਂ ਕਿੱਥੋਂ ਵੀਰ ਭੈਣ ਜੁੜੇ ਨੇ। ਧੰਨਵਾਦ।